ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਨਣ ਸਾਕੋ ਤੂੰ ਠਾਕੁਰ ਊਚ ਭਗਵਾਨ ਚਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਅਗਮ ਅਗੋਚਰ ਅਥਾਹ ਅਤੁਲੇ ਚੋਂ ਬੁਲਾਵਾਂ ਤਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵਾ ਤਿਉਂ ਨਾਨਕ ਦਾਸ ਬੋਲੇ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਕੈ ਨਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਜੋਤੀ ਸਵਰੂਪ ਸਰਵ ਸ਼ਕਤੀਮਾਨ ਮੁਕਤੀ ਦਾਤੇ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਿਕ ਜੁਗੋ ਜੋਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੱਜ ਬੈਠੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸੰਗਤ ਜੀ ਆਪ ਜੀ ਧੰਤਾ ਦੇ ਯੋਗ ਹੋ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸਮੇਂ ਸਮੇਂ ਅਨੁਸਾਰ ਗੁਰੂ ਹਜ਼ੂਰ ਪਹੁੰਚ ਕੇ ਹਾਜ਼ਰੀਆਂ ਭਰਦੇ ਹੋਏ ਬਾਣੀ ਸਰਵਣ ਕਰਕੇ ਸੇਵਾ ਸਿਮਰਨ ਸੰਗਤ ਦੇ ਆਨੰਦ ਲੈਂਦੇ ਹੋਏ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਸਿੰਘ ਸਾਹਿਬਾਨਾਂ ਨੇ
ਮਹਾਨ ਉਪਰਾਲਾ ਕਰਕੇ ਗੁਰੂ ਕੀ ਸੰਗਤ ਨੂੰ ਜੁਗੋ ਜੋਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਸਤ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਸਰਵਣ ਕਰਵਾਉਣ ਦੇ ਵਾਸਤੇ ਇਹ ਮਹਾਨ ਉਪਰਾਲਾ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ, ਜੋ ਸਤਿਗੁਰਾਂ ਦੀ ਅਪਾਰ ਰਹਿਮਤ ਦੇ ਸਦਕਾ ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ, ਜਿਸ ਦੀ ਵਿਚਾਰ ਚੱਲ ਰਹੀ, ਜਿਸ ਦੇ ਮੂਲ ਪਾਠ ਆਪ ਜੀ ਨੇ ਗਿਆਨੀ ਜੀ ਦੀ ਰਸਨਾ ਤੋਂ ਬੜੇ ਪਿਆਰ ਵਿੱਚ, ਬੜੀ ਸ਼ੁੱਧਤਾ ਦੇ ਵਿੱਚ ਸਰਵਣ ਕੀਤੇ ਨੇ। ਔਰ ਬਹੁਤ ਜ਼ਰੂਰੀ ਸੰਗਤਾਂ ਦੇ ਪ੍ਰਤੀ ਬੇਨਤੀਆਂ ਕੀਤੀਆਂ ਨੇ। ਰੋਜ਼ਾਨਾ ਹੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਬੇਨਤੀਆਂ ਕਰਦੇ ਨੇ, ਸਾਨੂੰ ਸਹਿਯੋਗੀ ਬਣ ਕੇ ਬੇਨਤੀਆਂ ਦੇ ਉੱਤੇ ਧਿਆਨ ਦੇ ਕੇ ਉਹਨਾਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ, ਤਾਂ ਕਿ ਅਸੀਂ ਪ੍ਰਬੰਧ ਦੇ ਵੀ ਸਹਾਇਕ ਬਣੀਏ ਤੇ ਆਪਣਾ ਜੀਵਨ ਵੀ ਸਫਲ ਕਰ ਸਕੀਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅੱਜ ਦੇ ਇਸ ਪਾਵਨ ਪਵਿੱਤਰ ਬਖਸ਼ਿਸ਼ ਕੀਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਲਾਹੀ ਫਰਮਾਨ ਜੋ ਸੁਖਮਨੀ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ, ਇਸ ਦੀ ਕਥਾ ਵਿਚਾਰ ਕਹਿਣ ਸੁਣਨ ਦੇ ਲਈ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਵਿਵੇਕ ਬੁੱਧੀ ਦੇ ਅਨੁਸਾਰ ਯਤਨ ਕਰਨਾ। ਕਹਿਤੇ ਪਵਿੱਤ, ਸੁਣਤੇ ਪਵਿੱਤ ਦੇ ਅਨੁਸਾਰ ਕਹਿਣ ਸੁਣਨ ਵਾਲੇ ਹਾਜ਼ਰੀ ਲਵਾਉਣ ਦੇ ਲਈ ਆਓ ਪਿਆਰ ਸਤਿਕਾਰ ਸਹਿਤ ਬੁਲਾਓ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉੱਤਮ ਸਲੋਕ ਸਾਧਕੈ ਬਚਨ। ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਬੋਹਿਤ ਸ਼ਹੀਦਾਂ ਦੀ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਦੇਵ ਪਿਤਾ ਜੀ ਨੇ ਗੌੜੀ ਰਾਗ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ। ਬਹੁਤ ਸਾਰੇ ਗੁਰਸਿੱਖ ਨਿਤਨੇਮ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਨੇ, ਕਰਨਾ ਚਾਹੀਦਾ, ਬਹੁਤ ਚੰਗੀ ਗੱਲ ਹੈ। ਸਿੱਖ ਜਿਤਨੀ ਵੀ ਬਾਣੀ ਪੜ੍ਹੇ ਉਤਨੀ ਆਤਮਕ ਬਲਵਾਨਤਾ ਪ੍ਰਾਪਤ ਹੁੰਦੀ ਹੈ। ਜਿਤਨੀ ਆਤਮਾ ਬਲਵਾਨ ਹੋਵੇਗੀ ਉਤਨਾ ਵਿਸ਼ੇ ਵਿਕਾਰਾਂ ਤੋਂ ਮਨੁੱਖ ਆਪਣੇ ਆਪ ਨੂੰ ਬਚਾ ਕੇ ਰੱਖ ਸਕਦਾ ਹੈ, ਔਗਣਾਂ ਤੋਂ ਆਪਣੇ ਆਪ ਨੂੰ ਮਹਿਫੂਜ਼ ਰੱਖ ਸਕਦਾ ਹੈ। ਸਤਿਗੁਰਾਂ ਨੇ ਗੁਰੂ ਕੇ ਸਿੱਖ ਨੂੰ ਕੁਝ ਬਾਣੀਆਂ ਜਿਹੜੀਆਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀਆਂ, ਜਿਹੜੀਆਂ ਸਾਡੀਆਂ ਨਿਤਨੇਮ ਦੀਆਂ ਬਾਣੀਆਂ ਨੇ। ਨਿਤਨੇਮ ਦਾ ਮਤਲਬ ਹੁੰਦਾ ਜੀ ਨਿਤਾ ਪ੍ਰਤੀ ਪੜ੍ਹਨੀਆਂ, ਨੇਮ ਦੇ ਨਾਲ ਪੜ੍ਹਨੀਆਂ, ਅੰਮ੍ਰਿਤ ਵੇਲੇ ਤੇ ਸ਼ਾਮਾਂ ਦੇ ਵੇਲੇ। ਅੰਮ੍ਰਿਤ ਵੇਲੇ ਦਾ ਨਿਤਨੇਮ ਕਰਕੇ ਗੁਰਸਿੱਖ ਆਪਣੀ ਸ਼ਰਧਾ ਭਾਵਨਾ ਸਮੇਂ ਦੇ ਅਨੁਸਾਰ ਆਸਾ ਕੀ ਵਾਰ ਦਾ ਵੀ ਪਾਠ ਕਰਦੇ ਨੇ, 52 ਅੱਖਰੀ ਦਾ ਪਾਠ ਕਰਦੇ ਨੇ, ਸਿੱਧ ਗੋਸ਼ਟ ਦਾ ਪਾਠ ਕਰਦੇ ਨੇ,
ਕਈ ਗੁਰਸਿੱਖ 12 ਮਾਹ ਦਾ ਵੀ ਨਿਤਨੇਮ ਕਰਦੇ ਨੇ, ਮੁਬਾਰਕ ਹੈ। ਤੇ ਬਹੁਤੇ ਗੁਰਸਿੱਖ ਐਸੇ ਦੇਖੇ ਜਾਂਦੇ ਨੇ, ਉਹ ਕੇਵਲ ਸੁਖਮਨੀ ਸਾਹਿਬ ਜੀ ਨੂੰ ਤਰਜੀਹ ਦਿੰਦੇ ਨੇ। ਨਹੀਂ ਪਿਆਰਿਓ, ਨਿਤਨੇਮ ਦੀ ਬਾਣੀ ਬਹੁਤ ਜ਼ਰੂਰੀ ਹੈ। ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਨਿਤਨੇਮ ਕਰਨ ਦੀ ਸਾਨੂੰ ਹਦਾਇਤ ਕੀਤੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪੰਜ ਬਾਣੀਆਂ ਅੰਮ੍ਰਿਤ ਵੇਲੇ ਜੋ ਨਿਤਨੇਮ ਬਖਸ਼ਿਸ਼ ਕੀਤਾ ਹੈ, ਉਹ ਨਿਤਨੇਮ ਕਰਕੇ ਉਸ ਤੋਂ ਉਪਰੰਤ ਜਿਤਨੀ ਵੀ ਤੁਸੀਂ ਬਾਣੀ ਪੜ੍ਹ ਸਕਦੇ ਹੋ ਪੜ੍ਹੋ, ਮੁਬਾਰਕ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਬਾਣੀ ਨੂੰ ਕੋਈ ਜ਼ਿਆਦਾ ਵਿਸ਼ੇਸ਼ਤਾ ਨਹੀਂ ਬਖਸ਼ਿਸ਼ ਕੀਤੀ, ਕਿਉਂਕਿ ਸਤਿਗੁਰਾਂ ਨੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਿੱਥੋਂ ਵੀ ਤੁਸੀਂ ਬਾਣੀ ਪੜ੍ਹੋਗੇ, ਜਿਸ ਵੀ ਬਾਣੀ ਦਾ ਪਾਠ ਕਰੋਗੇ, ਜਿਸ ਰਾਗ ਦੇ ਵਿੱਚ ਬਾਣੀ ਪੜ੍ਹੋਗੇ, ਸਤਿਗੁਰਾਂ ਨੇ ਉਹੀ ਬਖਸ਼ਿਸ਼ ਕੀਤ ਕਰਨੀ ਹੈ। ਮਿਸ਼ਰੀ ਦੇ ਪਹਾੜ ਨੂੰ ਕਿਸੇ ਪਾਸਿਓਂ ਵੀ ਤੁਸੀਂ ਛਕਣਾ ਕਰ ਸ਼ੁਰੂ ਕਰਦੇ ਹੋ, ਉਸਨੇ ਠਾਸ ਬਖਸ਼ਿਸ਼ ਕਰਨੀ ਹੀ ਕਰਨੀ ਹੈ, ਸੁਭਾਅ ਹੈ। ਇਸੇ ਤਰ੍ਹਾਂ ਬਾਣੀ ਤੁਸੀਂ ਜਦੋਂ ਵੀ ਔਰ ਜਿਸ ਪ੍ਰਕਾਰ ਵੀ ਜਿੱਥੋਂ ਵੀ ਪੜ੍ਹੋਗੇ, ਬਾਣੀ ਨੇ ਸਾਡੇ ਜੀਵਨ ਵਿੱਚ ਤਬਦੀਲੀ ਲਿਆਉਣੀ ਹੈ। ਪਰ ਕੁਝ ਬਾਣੀਆਂ ਵਿਸ਼ੇਸ਼ ਬਾਣੀਆਂ ਹੁੰਦੀਆਂ ਨੇ, ਜਿਵੇਂ ਨਿਤਨੇਮ ਦੀ ਬਾਣੀ ਆ, ਸਵੇਰ ਦੀ ਬਾਣੀ ਆ, ਸ਼ਾਮ ਦੀ ਬਾਣੀ ਆ, ਉਹਨੂੰ ਅਸੀਂ ਸਮੇਂ ਦੇ ਅਨੁਸਾਰ ਜ਼ਰੂਰ ਪੜ੍ਹਨਾ ਹੈ। ਇਹ ਨਹੀਂ ਕਿ ਅੰਮ੍ਰਿਤ ਵੇਲੇ ਦੀ ਬਾਣੀ ਸ਼ਾਮਾਂ ਨੂੰ ਪੜ੍ਹਨੀ ਸ਼ੁਰੂ ਕਰ ਦੇਵੇ, ਸ਼ਾਮਾਂ ਦੀ ਬਾਣੀ ਅੰਮ੍ਰਿਤ ਵੇਲੇ ਪੜ੍ਹਨੀ ਸ਼ੁਰੂ ਕਰ ਦੇ, ਉਹ ਸ਼ੋਭਾ ਨਹੀਂ ਪਾਉਂਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਨੇ ਨਿਤਨੇਮ ਦੀ ਬਾਣੀ ਤੋਂ ਉਪਰੰਤ ਸਾਨੂੰ ਸਮੇਂ ਦੇ ਅਨੁਸਾਰ ਸੁਖਮਨੀ ਸਾਹਿਬ ਜੀ ਦੀ ਬਾਣੀ ਬਖਸ਼ਿਸ਼ ਕੀਤੀ ਹੈ। ਖਿਮਾ ਕਰਨੀ, ਅਸੀਂ ਬਹੁਤੀ ਇਹ ਸਮਝਦੇ ਹਾਂ ਕਿ ਸੁਖਮਨੀ ਸਾਹਿਬ ਜੀ ਦੇ 24,000 ਅਕਸ਼ਰ ਨੇ ਤੇ 24,000 ਮਨੁੱਖ ਨੂੰ ਦਿਨ ਵਿੱਚ ਸਵਾਸ ਆਉਂਦੇ ਨੇ 24 ਘੰਟਿਆਂ ਵਿੱਚ। ਐਸਾ ਨਹੀਂ ਹੈ, ਮਨੁੱਖ ਦੇ ਸਵਾਸ ਜਿਹੜੇ ਨੇ 24,000 ਨਹੀਂ ਨੇ, ਇਹ ਵੱਧ ਵੀ ਸਕਦੇ ਨੇ, ਘੱਟ ਵੀ ਸਕਦੇ ਨੇ। ਜੇ ਤੁਸੀਂ ਤੇਜ਼ੀ ਵਿੱਚ ਚੱਲੋਗੇ, ਦੌੜੋਗੇ ਤੇ ਸਵਾਸ ਤੇ ਵੱਧ ਜਾਣੇ ਨੇ। ਜਿਵੇਂ ਤੂੰ ਆਪ ਇਕਾਗਰਤਾ ਵਿੱਚ ਹੋ ਕੇ ਗੁਰੂ ਕੀ ਸੰਗਤ ਵਿੱਚ ਬੈਠੇ ਹੋ, ਆਨੰਦ ਦੇ ਵਿੱਚ ਬੈਠੇ ਹੋ ਤੇ ਸਵਾਸ ਘੱਟ ਜਾਣਗੇ। ਬੈਠਿਆਂ ਸਵਾਸ 12 ਬਤੀਤ ਹੁੰਦੇ ਨੇ, ਸੁੱਤਿਆਂ 18 ਬਤੀਤ ਹੁੰਦੇ ਨੇ, ਤੇ ਜਦੋਂ ਅਸੀਂ ਦੌੜਦੇ ਹਾਂ ਉਦੋਂ ਉਸ ਤੋਂ ਵੀ ਜ਼ਿਆਦਾ ਬਤੀਤ ਹੁੰਦੇ ਨੇ। ਜੇ ਸੰਸਾਰ ਦੇ ਰਸਾਂ ਕਸਾਂ ਵਿੱਚ ਮਨੁੱਖ ਗਲਤਾਨ ਹੈ ਤੇ ਜਿੰਨੇ ਸਮੇਂ ਵਿੱਚ ਸਵਾਸ 12 ਬਤੀਤ ਹੁੰਦੇ ਨੇ, ਉਨੇ ਸਮੇਂ ਵਿੱਚ 64 ਬਤੀਤ ਹੁੰਦੇ ਨੇ। ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ 24,000 ਸਵਾਸ ਆਉਂਦੇ ਨੇ 24 ਘੰਟਿਆਂ ਵਿੱਚ? ਖੈਰ, ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਸਤਿਗੁਰਾਂ ਦਾ ਇੱਕ ਇੱਕ ਅੰਮ੍ਰਿਤ ਬਚਨ, ਕਿਉਂਕਿ ਸਾਹਿਬ ਕਹਿੰਦੇ ਅੰਮ੍ਰਿਤ ਬਚਨ ਸਾਧ ਕੀ ਬਾਣੀ, ਸਾਧੂ ਸਤਿਗੁਰੂ ਦੀ ਬਾਣੀ ਜਿਹੜੀ ਹੈ ਨਾ, ਉਹ ਅੰਮ੍ਰਿਤ ਰੂਪ ਹੈ। ਅੰਮ੍ਰਿਤ ਤੋਂ ਭਾਵ ਕੀ ਹੁੰਦਾ ਹੈ? ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ। ਇਸੇ ਕਰਕੇ ਸਿੰਘ ਸਾਹਿਬ ਜੀ ਆਪ ਜੀ ਨੂੰ ਰੋਜ਼ਾਨਾ ਹੀ ਬੇਨਤੀ ਕਰਦੇ ਨੇ ਕਿ ਐਤਵਾਰ ਵਾਲੇ ਦਿਨ ਅੰਮ੍ਰਿਤ ਸੰਚਾਰ ਹੁੰਦਾ ਹੈ। ਪੰਜ ਸਿੰਘ ਸਾਹਿਬਾਨ ਜਿਹੜੇ ਅੰਮ੍ਰਿਤ ਪਿਆਰੇ, ਪੰਜ ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਭਲਾਖੀਆਂ ਨੂੰ ਛਕਾਉਂਦੇ ਨੇ।
ਕਹਿਣ ਤੋਂ ਭਾਵ ਕਹੇ ਮ੍ਰਿਤੂ ਤੋਂ ਰਹਿਤ ਕਰ ਦੇਣ। ਮ੍ਰਿਤੂ ਤੋਂ ਰਹਿਤ ਕੀ ਹੈ? ਆਤਮਕ ਜੀਵਨ ਪ੍ਰਾਪਤ ਹੋ ਜਾਣ। ਇਹ ਸਰੀਰ ਤੇ ਆਉਣ ਜਾਣ ਵਾਲਾ ਹੈ, ਇਹ ਪੰਜ ਭੂਤਕ ਸਰੀਰ ਹੈ। ਪੰਜ ਭੂਤਕ ਸਰੀਰ ਲੈ ਕੇ ਕੋਈ ਵੀ ਸੰਸਾਰ ਦੇ ਉੱਤੇ ਆਇਆ ਹੈ, ਚਾਹੇ ਉਹ ਪੀਰ ਹੈ, ਫਕੀਰ ਹੈ, ਪੈਗੰਬਰ ਹੈ, ਅਵਤਾਰ ਹੈ, ਔਲੀਆ ਹੈ, ਭਾਵੇਂ ਕੋਈ ਸੰਤ ਹੈ ਤੇ ਭਾਵੇਂ ਕੋਈ ਅਸੰਤ ਹੈ, ਇਸ ਜੀਵਨ ਨੇ ਤੇ ਸਮੇਂ ਦੇ ਅਨੁਸਾਰ ਚਲੇ ਜਾਣਾ ਹੈ। ਪਰ ਇਹ ਜਿਹੜਾ ਜੀਵਨ ਹੈ ਨਾ, ਸਰੀਰ ਕਰਕੇ ਮੌਤ ਹੋ ਜਾਂਦੀ ਹੈ ਮਨੁੱਖ ਦੀ। ਪਰ ਬਹੁਤੇ ਐਸੇ ਮਨੁੱਖ ਨੇ ਸਰੀਰਕ ਮੌਤ ਹੋਣ ਤੋਂ ਉਪਰੰਤ ਵਾਰ ਵਾਰ ਜੰਮਦੇ ਤੇ ਮਰਦੇ ਨੇ। ਇਸੇ ਲਈ ਸਾਹਿਬ ਕਹਿੰਦੇ ਨੇ ਮਰ ਮਰ ਜੰਮੇ, ਮਰ ਮਰ ਕੇ ਮੁੜ ਮੁੜ ਕੇ ਜਨਮ ਲੈਂਦੇ ਨੇ। ਪਰ ਜਿਹਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਅੰਮ੍ਰਿਤ ਦੀ ਦਾਤ ਪ੍ਰਾਪਤ ਕੀ ਹੈ? ਬਾਣੀ ਦੇ ਨਾਲ ਜੁੜਨਾ, ਸਿਮਰਨ ਦੇ ਨਾਲ ਜੁੜਨਾ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ, ਜੇ ਸਮਾਂ ਮਿਲੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ, ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ, ਆਸਾ ਕੀ ਵਾਰ ਦਾ ਪਾਠ ਕਰਨਾ, ਜਿਤਨੀ ਵੀ ਬਾਣੀ ਪੜੋਗੇ, ਮੈਂ ਪਹਿਲੋਂ ਬੇਨਤੀ ਕੀਤੀ, ਉਤਨੀ ਆਤਮਾ ਬਲਵਾਨ ਹੋਵੇਗੀ। ਆਤਮਾ ਸਾਡੀ ਬਲਵਾਨ ਹੈ ਤੇ ਵਿਸ਼ਿਆਂ ਵਿਕਾਰਾਂ ਤੋਂ ਬਚੇ ਰਹੇਗੀ, ਜੀਵਨ ਸਾਡਾ ਸਫਲ ਹੋ ਜਾਏਗਾ। ਆਤਮਕ ਮੌਤੇ ਨਹੀਂ ਮਰਦਾ ਮਨੁੱਖ, ਆਤਮਕ ਜ਼ਿੰਦਗੀ ਪ੍ਰਾਪਤ ਹੋ ਜਾਂਦੀ ਹੈ ਤੇ ਪਰਮੇਸ਼ਰ ਦੇ ਚਰਨਾਂ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਉਸ ਨੂੰ। ਇਸ ਕਰਕੇ ਸਤਿਗੁਰਾਂ ਦੇ ਬਚਨ ਜਿਹੜੇ ਅੰਮ੍ਰਿਤ ਨੇ, ਸਾਨੂੰ ਸੰਸਾਰਿਕ ਮ੍ਰਿਤੂ ਤੋਂ ਇੱਕ ਵਾਰੀ ਤੇ ਜਾਣਾ ਹੀ ਜਾਣਾ ਹੈ, ਮੁੜ ਮੁੜ ਕੇ ਸੰਸਾਰ ਦੇ ਚੱਕਰ ਵਿੱਚ ਨਹੀਂ ਪੈਣਾ ਪਵੇਗਾ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਕਿਉਂ ਹੋਇਆ ਜੀ? ਕਰਮ ਕਰੀਮ ਨ ਕਰਤੋ ਕਰਤਾ, ਉਹ ਕਰਮ ਕਰੀਮ ਜੋ ਪਾਲਕ ਹੈ, ਬਖਸ਼ਿਸ਼ ਰਹਿਮਤ ਕਰਨ ਵਾਲਾ ਹੈ, ਉਸ ਨੂੰ ਅਸੀਂ ਜਾਣਿਆ ਹੀ ਨਹੀਂ, ਉਸ ਨੂੰ ਅਸੀਂ ਸਮਝਿਆ ਹੀ ਨਹੀਂ, ਇਸ ਕਰਕੇ ਸਾਨੂੰ ਜਨਮਾਂ ਦੇ ਵਿੱਚ ਪੈਣਾ ਪਿਆ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਧ ਸਤਿਗੁਰੂ ਦੇ ਜਿਹੜੇ ਬਚਨ ਨੇ ਨਾ, ਉਹ ਉੱਤਮ ਨੇ, ਸਾਰਿਆਂ ਤੋਂ ਸ੍ਰੇਸ਼ਟ ਬਚਨ ਨੇ। ਇਸੇ ਲਈ ਤੇ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਝੋਂ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਜਿਹੜੀ ਕੱਚੀ ਬਾਣੀ ਹੈ ਨਾ। ਇਸੇ ਕਰਕੇ ਤੇ ਪਾਤਸ਼ਾਹ ਗੁਰਦੇਵ ਪਿਤਾ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਦੇ ਉੱਤੇ ਕਿਰਪਾ ਕਰਕੇ, ਰਹਿਮਤ ਕਰਕੇ, ਤਰਸ ਕਰਕੇ, ਸਾਨੂੰ ਕੱਚੀ ਬਾਣੀ ਤੋਂ ਬਚਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਮੁਖਾਰ ਬਿੰਦ ਵਿੱਚੋਂ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ। ਕਿਉਂਕਿ ਪਹਿਲੇ ਵੀ ਤੇ ਬਹੁਤ ਸਾਰੇ ਐਸੇ ਮਨੁੱਖ ਸਨ, ਮਿਹਰਬਾਨ ਵਰਗੇ ਵੀ ਬਾਣੀ ਉਚਾਰਨ ਕਰਦੇ ਸੀ, ਕਾਨਾ ਪੀਲੂ ਸ਼ਾਹ ਹੁਸੈਨ ਵਰਗੇ ਵੀ ਬਾਣੀ ਉਚਾਰਨ ਕਰਦੇ ਸੀ, ਤੇ ਸਿੱਖਾਂ ਨੂੰ ਭੁਲੇਖਾ ਪੈ ਜਾਂਦਾ ਹੈ ਵੀ ਸ਼ਾਇਦ ਇਹ ਵੀ ਗੁਰੂ ਕੇ ਬਚਨ ਨੇ। ਨਹੀਂ ਭਲਿਓ, ਸਤਿਗੁਰਾਂ ਨੇ ਸਾਨੂੰ ਸੱਚ ਤੇ ਕੱਚ ਦਾ ਨਿਖੇੜਾ ਕਰਕੇ ਦਿੱਤਾ ਹੈ ਸਤਿਗੁਰੂ, ਸਾਨੂੰ ਸੱਚ ਤੇ ਝੂਠ ਦੇ ਨਾਲੋਂ ਸਤਿਗੁਰੂ ਪਾਤਸ਼ਾਹ ਨੇ ਸਮਝ ਬਖਸ਼ਿਸ਼ ਕੀਤੀ ਹੈ ਕਿ ਗੁਰੂ ਕੇ ਬਚਨ ਕਿਹੜੇ ਨੇ। ਗੁਰੂ ਕੇ ਬਚਨ ਨੇ ਜਿਨ੍ਹਾਂ ਦੀ ਵਿਆਖਿਆ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਉਹ ਹੈ ਸਭ ਤੋਂ ਉੱਤਮ,
ਉੱਤਮ ਸਲੋਕ ਸਾਧ ਕੇ ਬਚਨ। ਸਾਧ ਇੱਥੇ ਸਤਿਗੁਰੂ ਜੀ ਨੂੰ ਕਿਹਾ ਗਿਆ, ਜੋ ਸਤਿਗੁਰੂ ਜੀ ਕਰਨ ਕਾਰਨ ਪਤਤ ਪਾਵਨ ਜੋਤੀ ਸਰੂਪ ਨੇ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤਮਈ ਬਾਣੀ ਸਤਿਗੁਰਾਂ ਨੇ ਕਥਨ ਕੀਤੀ ਹੈ, ਇਹ ਸਾਰਿਆਂ ਤੋਂ ਉੱਤਮ ਸ੍ਰੇਸ਼ਟ ਨੇ। ਕਿਉਂ ਸ੍ਰੇਸ਼ਟ ਨੇ? ਜਿਹਨੇ ਇੱਕ ਵੀ ਗੁਰੂ ਕਾ ਬਚਨ ਸੁਣ ਲਿਆ, ਇੱਕ ਵੀ ਗੁਰੂ ਕਾ ਬਚਨ ਪੜ੍ਹ ਲਿਆ, ਉਹਦੀ ਜੀਵਨ ਧੰਤਾ ਦੇ ਯੋਗ ਬਣ ਜਾਂਦਾ ਹੈ। ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ ਸੱਜਣ ਠੱਗ ਨੂੰ ਕਿ ਸੱਜਣਾ ਨਾਮ ਤੇ ਤੇਰਾ ਸੱਜਣ, ਪਰ ਕੰਮ ਤੇਰੇ ਠੱਗਾਂ ਵਾਲੇ ਨੇ, ਕੰਮ ਵੀ ਸੱਜਣਾ ਵਾਲੇ ਕਰਿਆ ਕਰ। ਇੱਕ ਬਚਨ ਕਿਹਾ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ, ਸੱਜਣ ਸੰਤ ਬਣ ਗਿਆ। ਕਿੰਨੀਆਂ ਕੁ ਦੀ ਉਦਾਹਰਣਾਂ ਦੇਈਏ, ਹੋਰ ਅਨੇਕਾਂ ਐਸੇ ਨੇ ਭਾਈ ਲੱਖੂ ਵਰਗੇ ਜਿਨ੍ਹਾਂ ਨੂੰ ਬਹੁਤ ਵੱਡੇ ਧਾੜਵੀ ਕਿਹਾ ਗਿਆ ਸੀ। ਇੱਕੋ ਹੀ ਬਚਨ ਗੁਰੂ ਦਾ ਸਰਵਣ ਕੀਤਾ ਤੇ ਉਹ ਭਾਈ ਲੱਖੂ 21 ਪਾਠ ਰੋਜ਼ਾਨਾ ਜਪਜੀ ਸਾਹਿਬ ਜੀ ਦੇ ਕਰਨ ਵਾਲੇ, ਤੇ ਐਸੀ ਬਚਨਾਂ ਦੀ ਸਮਰੱਥਾ ਆ ਗਈ, ਐਸੇ ਗੁਰੂ ਕੇ ਬਚਨ ਉਹਦੇ ਮਨ ਵਿੱਚ ਵਸੇ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਸੇਵਕ ਨੇ ਅਰਦਾਸ ਕੀਤੀ ਭਾਈ ਬੁੱਧੂ ਸ਼ਾਹ ਨੇ ਕਿ ਆਵਾ ਪੱਕ ਜਾਏ, ਤੇ ਉਸ ਭਾਈ ਲੱਖੂ ਨੇ ਕਹਿ ਦਿੱਤਾ ਆਵਾ ਕੱਚਾ ਰਹੇਗਾ, ਤੇ ਗੁਰੂ ਨੇ ਆਪਣੇ ਸੇਵਕ ਦੇ ਬਚਨ ਨਹੀਂ ਮੋੜੇ, ਉਹਨੂੰ ਕੀਮਤ ਪੂਰੀ ਦਵਾ ਦਿੱਤੀ, ਪਰ ਬਚਨਾਂ ਨੂੰ ਉਲਟਾਇਆ ਨਹੀਂ ਹੈ ਸਤਿਗੁਰੂ ਪਾਤਸ਼ਾਹ ਨੇ, ਕਿਉਂਕਿ ਗੁਰੂ ਕੇ ਬਚਨਾਂ ਨੂੰ ਕਮਾਇਆ ਹੈ। ਗਾਵਤ ਉਧਰੇ ਸੁਣਤੇ ਉਧਰੇ ਬਿਨਸੇ ਪਾਪ ਘਨੇਰੇ, ਕੈਸੇ ਉੱਤਮ ਬਚਨ ਨੇ ਸਤਿਗੁਰੂ ਪਾਤਸ਼ਾਹ ਜੀ ਦੇ। ਦਾਤਾਰ ਪਾਤਸ਼ਾਹ ਜੀ ਨੇ ਪਸ਼ੂ ਪਰੇਤ ਮੁਗਦ ਕੋ ਤਾਰੇ, ਪਾਹਨ ਪਾਰੇ ਉਤਾਰੇ, ਪਸ਼ੂਆਂ ਨੂੰ ਪ੍ਰੇਤਾਂ ਨੂੰ ਮੂਰਖਾਂ ਨੂੰ ਪੱਥਰਾਂ ਨੂੰ ਤਾਰਨ ਵਾਲੇ ਗੁਰੂ ਕੇ ਬਚਨ ਨੇ। ਕਿਸੇ ਸੰਸਾਰੀ ਵਿਅਕਤੀ ਦੇ ਬਚਨ ਵਿੱਚ ਸਮਰੱਥਾ ਹੋ ਸਕਦੀ ਹੈ? ਕੋਈ ਪਸ਼ੂ ਪ੍ਰੇਤ ਨੂੰ ਤਾਰ ਸਕਦਾ ਹੈ? ਨਹੀਂ, ਇਹ ਕੇਵਲ ਤੇ ਗੁਰੂ ਦੇ ਬਚਨਾਂ ਵਿੱਚ ਸਮਰੱਥਾ ਹੈ। ਇਸ ਕਰਕੇ ਸਤਿਗੁਰਾਂ ਦੇ ਬਚਨ ਜਿਹੜੇ ਉੱਤਮ ਨੇ, ਸਾਰਿਆਂ ਤੋਂ ਸ੍ਰੇਸ਼ਟ ਹਨ। ਮਲੀਕ ਲਾਲ ਇਹ ਰਤਨ, ਕੈਸੇ ਬਚਨ ਨੇ ਸਤਿਗੁਰੂ ਜੀ ਦੇ? ਕਹਿੰਦੇ ਅਮਲੀਕ, ਜਿਹਦਾ ਕੋਈ ਮੁੱਲ ਹੀ ਨਹੀਂ ਹੈ, ਜਿਹਦੀ ਕੋਈ ਕੀਮਤ ਹੀ ਨਹੀਂ ਹੈ। ਇਹ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਲੇਖਕਾਂ ਦੀਆਂ ਪੜ੍ਹਦੇ ਹੋ, ਵਿਦਵਾਨਾਂ ਦੀਆਂ ਪੜ੍ਹਦੇ ਹੋ, ਹੋਰ ਅਨੇਕਾਂ ਗ੍ਰੰਥ ਪੜ੍ਹਦੇ ਹੋ, ਸਾਰਿਆਂ ਦੀ ਕੀਮਤ ਹੈ, ਪਰ ਗੁਰੂ ਕੇ ਬਚਨਾਂ ਦੀ ਕੋਈ ਕੀਮਤ ਨਹੀਂ ਹੈ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਗੁਰੂ ਦੇ ਬਚਨ ਜਿਹੜੇ, ਗੁਰੂ ਦਾ ਨਾਮ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ ਜਾਣ ਸਕਦਾ ਹੈ। ਅਮਲੀਕ ਲਾਲ ਇਹੋ ਰਤਨ, ਇਹ ਜਿਹੜੇ ਰਤਨ ਨੇ ਨਾ, ਹੀਰੇ ਲਾਲ ਆਦਿਕ ਨੇ, ਪੰਨੇ ਨੇ, ਮੋਤੀ ਨੇ, ਮੂੰਗੇ ਨੇ, ਅਨੇਕ ਪ੍ਰਕਾਰ ਦੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪੜੇ ਜ਼ਿਕਰ ਵੀ ਆਇਆ ਹੈ, ਹਿੰਦੂ ਮਤ ਦੇ ਗ੍ਰੰਥਾਂ ਦੇ ਅਨੁਸਾਰ 14 ਰਤਨ ਸਮੁੰਦਰ ਨੂੰ ਰਿੜਕ ਕੇ ਕੱਢੇ ਗਏ, ਪਰ ਇੱਥੇ ਜਿਹੜੇ ਗੁਰੂ ਦੇ ਬਚਨ ਨੇ ਨਾ, ਉਹਨਾਂ ਸਮੁੰਦਰ ਵਿੱਚੋਂ ਕੱਢੇ ਰਤਨਾਂ ਤੋਂ ਕਿਤੇ ਕੀਮਤੀ ਨੇ। ਉਹਨਾਂ ਦੀ ਕੀਮਤ ਦੀ ਹੱਦ ਹੋ ਸਕਦੀ ਹੈ, ਅੰਤ ਹੋ ਸਕਦਾ ਹੈ, ਪਰ ਗੁਰੂ ਕੇ ਬਚਨ ਨਹੀਂ ਹੋ ਕਿਤੇ ਵੀ ਖਰੀਦੇ ਜਾ ਸਕਦੇ। ਕੋਈ ਖਰੀਦ ਸਕਦਾ ਹੈ ਗੁਰੂ ਕੇ ਬਚਨ? ਉਹ ਵੱਖਰੀ ਗੱਲ ਹੈ ਕਿ ਅਸੀਂ ਕੁਝ ਭੇਟਾ ਦੇ ਕੇ ਅਖੰਡ ਪਾਠ ਕਰਵਾ ਲਈਏ, ਸਹਿਜ ਪਾਠ ਕਰਵਾ ਲਈਏ,
ਕੋਈ ਧਰਮ ਦਾ ਕਾਰਜ ਕਰਵਾ ਲਈਏ। ਇਹ ਤਾਂ ਸਾਡੀ ਤਿਫਲ ਦਿਮਾਗੀ ਆ, ਕੇਵਲ ਅਸੀਂ ਭੇਟਾ ਦੇ ਕੇ ਅਖੰਡ ਪਾਠ ਕਰਵਾ ਲੈਂਦੇ ਹਾਂ, ਤੇ ਜੋ ਅਖੰਡ ਪਾਠ ਕਰਦਿਆਂ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਹ ਤਾਂ ਨਹੀਂ ਨਾ ਸਾਨੂੰ ਪ੍ਰਵਾਨ ਹੁੰਦਾ, ਉਹ ਤੋਂ ਸਾਨੂੰ ਸਾਡੇ ਪੱਲੇ ਨਹੀਂ ਪੈਂਦਾ, ਕਿਉਂ ਸੁਣਦੇ ਹੀ ਨਹੀਂ ਅਸੀਂ। ਇੱਥੇ ਸਤਿਗੁਰਾਂ ਦੀ ਬਾਣੀ ਸੁਣਨ ਦਾ ਸਿਧਾਂਤ ਹੈ, ਇਸ ਲਈ ਗੁਰਦੇਵ ਪਾਤਸ਼ਾਹ ਦੇ ਐਸੇ ਉੱਤਮ ਬਚਨ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ, ਰਤਨਾਂ ਤੋਂ ਵੀ ਲਾਲਾਂ ਤੋਂ ਵੀ ਕੀਮਤੀ ਹਨ। ਸੁਨਤ ਕਮਾਵਤ ਹੋਤ ਉਧਾਰ। ਇਹ ਜਿਹੜੇ ਸਤਿਗੁਰਾਂ ਦੇ ਉੱਤਮ ਬਚਨ ਅਮਲੀਕ ਬਚਨ ਨੇ ਨਾ, ਕੈਸੀ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਸੁਨਤ ਕਮਾਵਤ, ਜਿਹੜੇ ਇਹਨਾਂ ਬਚਨਾਂ ਨੂੰ ਸੁਣ ਲੈਂਦੇ ਨੇ ਤੇ ਕਮਾ ਲੈਂਦੇ ਨੇ। ਇਹ ਸੁਣਨਾ ਤੇ ਕਮਾਉਣਾ ਵੱਖਰੇ ਵੱਖਰੇ ਨੇ, ਸੁਣਦੇ ਅਸੀਂ ਬਹੁਤ ਸਾਰੇ ਹਾਂ ਪਰ ਕਮਾਉਂਦੇ ਕੋਈ ਵਿਰਲੇ ਵਿਰਲੇ ਹੀ ਆ। ਆਮ ਆਪ ਜੀ ਨੂੰ ਸਰਵਣ ਕਰਵਾਉਂਦੇ ਸਿੰਘ ਸਾਹਿਬ ਜੀ ਕਈ ਵਾਰੀ, ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਮੱਥਾ ਟੇਕਦੇ ਹਾਂ, ਭੇਟਾ ਅਰਪਣ ਕਰਦੇ ਹਾਂ, ਵਸਤਰ ਅਰਪਣ ਕਰਦੇ ਹਾਂ, ਹੋਰ ਅਨੇਕਾਂ ਵਸਤੂਆਂ ਅਰਪਣ ਕਰਦੇ, ਕਰਨੀਆਂ ਚਾਹੀਦੀਆਂ ਨੇ, ਪਰ ਗੁਰੂ ਸਾਨੂੰ ਕੀ ਕਹਿੰਦਾ? ਉਹ ਤੇ ਅਸੀਂ ਸਰਵਣ ਹੀ ਨਹੀਂ ਕਰਦੇ ਹਾਂ, ਉਹ ਸਾਡਾ ਸੁਭਾਅ ਹੀ ਨਹੀਂ ਬਣਿਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਲਈ, ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਗੁਰੂ ਦੇ ਪਾਸ ਮਨ ਵੇਚਣਾ ਪੈਂਦਾ ਹੈ ਤੇ ਮਨ ਵੇਚਣ ਵਾਸਤੇ ਗੁਰੂ ਦੇ ਬਚਨ ਸੁਣ ਕੇ ਕਮਾਉਣੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਜੀ ਅੰਮ੍ਰਿਤ ਵੇਲੇ ਦੀ ਨਿਤਨੇਮ ਦੀ ਪਹਿਲੀ ਬਾਣੀ ਜਪ ਜੀ ਸਾਹਿਬ, ਜਪ ਨਾਮ ਬਾਣੀ ਦਾ ਹੈ, ਜੀ ਆਦਰ ਵਾਚੀ ਸ਼ਬਦ ਹੈ, ਉਹਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਰਵਣ ਮੰਨਣ ਨਿਧਿਆਸਨ, ਪਹਿਲੇ ਸਰਵਣ ਕਰਨਾ ਫਿਰ ਉਸ ਨੂੰ ਮੰਨਣਾ, ਫਿਰ ਉਹ ਆਪਣੇ ਮਨ ਵਿੱਚ ਵਿਚਾਰ ਕਰਨੀ ਹੈ ਉਸਦੀ ਕਿ ਗੁਰੂ ਸਾਨੂੰ ਕੀ ਕਹਿ ਰਿਹਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਦੇ ਪਾਸ ਸਿੱਖ ਆਏ ਨੇ ਤੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕੋ ਹੀ ਸਿਧਾਂਤ ਹੈ, ਕਿਆ ਹਮ ਕਹੇ ਕਿਆ ਹਮ ਕਰੇ ਕਹੇ ਗੁਰ ਕਿਆ, ਕਿ ਗੁਰੂ ਜੀ ਸਾਨੂੰ ਕੀ ਕਹਿੰਦੇ ਨੇ ਤੇ ਅਸੀਂ ਕੀ ਕਰਦੇ ਹਾਂ। ਚਾਹੀਦਾ ਤੇ ਹੈ ਨਾ, ਜੋ ਗੁਰੂ ਨੇ ਕਿਹਾ ਸਿੱਖ ਨੇ ਆਪਣੇ ਪੱਲੇ ਬੰਨ ਲੈਣਾ ਹੈ, ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸ਼ੀਕ ਗਾਂਠ ਲਈ ਬੰਧਾ। ਜਿਹੜਾ ਗੁਰੂ ਨੇ ਬਚਨ ਕਿਹਾ ਹੈ ਨਾ, ਆਪ ਜੀ ਬਚਨ ਸਰਵਣ ਕਰਦੇ ਹੋ, ਨਿਤਨੇਮ ਦੀਆਂ ਬਾਣੀਆਂ ਸਰਵਣ ਕਰਦੇ ਹੋ, ਹੁਕਮਨਾਵਾਂ ਸਰਵਣ ਕਰਦੇ ਹੋ, ਇਹ ਗੁਰੂ ਕੇ ਬਚਨ ਨੇ, ਆਪਣੇ ਬਿਰਤੀ ਰੂਪੀ ਪੱਲੇ ਵਿੱਚ ਗੰਢ ਦੇ ਲੈਣੀ ਹੈ। ਪਰ ਅਸੀਂ ਕੀ ਕਰਦੇ ਹਾਂ, ਜਿੰਨਾ ਚਿਰ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ ਅਸੀਂ ਬੋਲੀ ਜਾਂਦੇ ਹਾਂ, ਤੁਸੀਂ ਸੁਣੀ ਜਾਂਦੇ ਹੋ, ਪਰ ਬਾਹਰ ਜਾ ਕੇ ਸਾਨੂੰ ਵੀ ਭੁੱਲ ਜਾਂਦਾ, ਤੁਸੀਂ ਵੀ ਭੁੱਲ ਜਾਂਦੇ ਹੋ, ਪਨਾਲਾ ਉੱਥੇ ਦੀ ਉੱਥੇ ਰਹਿੰਦਾ। ਨਹੀਂ, ਸਤਿਗੁਰੂ ਕਹਿੰਦੇ ਆਪਣੇ ਬਿਰਤੀ ਰੂਪੀ ਪੱਲੇ ਵਿੱਚ ਇਸ ਨੂੰ ਗੰਢ ਦੇ ਲੈ, ਤੇ ਜਿਹੜੀ ਗੰਢ ਸਾਡੇ ਪੱਲੇ ਵਿੱਚ ਹੋਵੇ, ਗੰਢ ਬੰਨੀ ਹੋਵੇ, ਪੈਸਾ ਗੰਠ ਬਾਣੀ ਕੰਠ, ਆਮ ਇੱਕ ਪੰਜਾਬੀ ਦੀ ਕਹਾਵਤ ਹੈ,
ਕਿ ਜਿਹੜੀ ਬਾਣੀ ਕੰਠ ਹੈ ਨਾ, ਉਹ ਜਿੱਥੇ ਤੁਸੀਂ ਜਦੋਂ ਜੀ ਕਰੇ ਤੁਰਦੇ ਫਿਰਦੇ ਕੰਮ ਕਰਦੇ ਪੜ੍ਹ ਸਕਦੇ ਹੋ। ਪੈਸਾ ਤੁਹਾਡੀ ਗੰਢ ਵਿੱਚ ਬੰਨਿਆ ਹੈ, ਤੁਹਾਡੀ ਜੇਬ ਵਿੱਚ ਹੈ, ਜਿੱਥੇ ਲੋੜ ਪਵੇ ਉੱਥੇ ਵਰਤ ਸਕਦੇ ਹੋ। ਇਸੇ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਰੂਪੀ ਪੋਟਲੀ ਵਿੱਚ ਚੰਗੀ ਤਰ੍ਹਾਂ ਬੰਨ ਲੈ, ਕਿਉਂਕਿ ਜੇ ਗੁਰੂ ਦੇ ਬਚਨ ਸਾਡੇ ਅੰਦਰ ਵਸੇ ਹੋਣਗੇ ਨਾ, ਤੇ ਸਾਡਾ ਜੀਵਨ ਆਪਣੇ ਆਪ ਹੀ ਸੁਮਾਰਗ ਤੇ ਚੱਲ ਪਵੇਗਾ। ਜੀਵਨ ਵਿੱਚ ਕਿਸੇ ਪ੍ਰਕਾਰ ਦੇ ਕੋਈ ਔਗਣ ਸਾਡੇ ਪੈਰਾਂ ਵਿੱਚ ਬੇੜੀ ਨਹੀਂ ਪਾਉਣਗੇ, ਸਾਡੇ ਪੈਰ ਜਿਹੜੇ ਗੁਰੂ ਦੇ ਚਰਨਾਂ ਦੇ ਵੱਲੇ ਚੱਲਣਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ, ਇਹ ਜਿਹੜਾ ਜੀਵਨ ਸਾਨੂੰ ਪ੍ਰਾਪਤ ਹੋਇਆ ਮਨੁੱਖਾ ਜਨਮ, ਇਹ ਕੋਈ ਐਵੇਂ ਨਹੀਂ ਪ੍ਰਾਪਤ ਹੋ ਗਿਆ, ਬਹੁਤ ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ। ਵੱਡੇ ਭਾਗ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਾਰੇ ਰਾਇਆ। ਵੱਡੇ ਭਾਗਾਂ ਕਰਕੇ ਮਨੁੱਖਾ ਦੇਹ ਪ੍ਰਾਪਤ ਹੋਈ, ਕਾਹਦੇ ਲਈ? ਕੇਵਲ ਭੋਗਾਂ ਨੂੰ ਭੋਗਣ ਦੇ ਵਾਸਤੇ, ਕੇਵਲ ਪਰਿਵਾਰ ਪੈਦਾ ਕਰਨ ਵਾਸਤੇ, ਕੇਵਲ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਦੇਖਣ ਵਾਸਤੇ ਨਹੀਂ। ਸਤਿਗੁਰੂ ਕਹਿੰਦੇ ਦੇਹੋ ਦਰਸ ਹਰੀ ਰਾਇਆ, ਹਰੀ ਰਾਇਆ ਕਹਿੰਦੇ ਪਰਮਾਤਮਾ ਨੂੰ। ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਤੇ ਅਰਦਾਸ ਕਰਨੀ ਕਿਹਦੀ? ਹੇ ਮੇਰੇ ਮਾਲਕ, ਐ ਮੇਰੇ ਸਤਿਗੁਰੂ ਜੀ, ਆਪਣੇ ਦੀਦਾਰ ਬਖਸ਼ਿਸ਼ ਕਰੋ, ਆਪਣੇ ਦਰਸ਼ਨ ਬਖਸ਼ਿਸ਼ ਕਰੋ। ਕਿਉਂਕਿ ਜਿਹੜਾ ਦਰਸ਼ਨ ਦਾ ਕੰਸੈਪਟ ਹੈ ਨਾ, ਉਹ ਨਾ ਤੇ ਹਿੰਦੂ ਮਤ ਦੇ ਗ੍ਰੰਥਾਂ ਦੇ ਵਿੱਚ ਹੈ, ਨਾ ਇਸਲਾਮ ਦੇ ਗ੍ਰੰਥਾਂ ਦੇ ਵਿੱਚ ਹੈ। ਕਿਸੇ ਤੁਸੀਂ ਹਿੰਦੂ ਨੂੰ ਪੁੱਛ ਲਓ ਜਾ ਕੇ, ਕਿਸੇ ਪੰਡਿਤ ਨੂੰ, ਵਿਦਵਾਨ ਨੂੰ ਪੁੱਛ ਲਓ ਜਾ ਕੇ ਕਿ ਕੀ ਉਹ ਪਰਮਾਤਮਾ ਦੇ ਦੀਦਾਰ ਹੋ ਸਕਦੇ ਹੈ? ਉਹ ਕਹੇਗਾ ਨਹੀਂ, ਇਹ ਤੋਂ ਮਹਿਸੂਸ ਕਰਨ ਵਾਲੀ ਬਾਤ ਹੈ। ਕਿਸੇ ਮੌਲਵੀ ਨੂੰ ਪੁੱਛ ਲਓ, ਉਹ ਵੀ ਕਹੇਗਾ ਨਹੀਂ। ਅੱਲਾ ਤਾਲਾ ਉਹਦੇ ਦੀਦਾਰ ਨਹੀਂ ਹੋ ਸਕਦੇ, ਉਹਨੂੰ ਤਾਂ ਸਮਝਿਆ ਜਾਣਾ ਜਾ ਸਕਦਾ ਹੈ, ਮਹਿਸੂਸ ਕੀਤਾ ਜਾ ਸਕਦਾ। ਪਰ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਦੇ ਹੋ ਤੁਸੀਂ ਆ ਕੇ, ਕਿਉਂਕਿ ਸਿੱਖ ਦੇ ਮਨ ਵਿੱਚ ਜਦੋਂ ਸ਼ੰਕਾ ਪੈਦਾ ਹੁੰਦੀ ਹੈ, ਸਿੱਖ ਦੇ ਮਨ ਵਿੱਚ ਕੋਈ ਮੰਗ ਹੈ, ਸਿੱਖ ਦੇ ਮਨ ਵਿੱਚ ਕੋਈ ਵੀ ਇੱਛਾ ਕਿਸੇ ਪ੍ਰਕਾਰ ਦੀ ਹੈ, ਤੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਆਪਣੇ ਮਨ ਦੀ ਅਵਸਥਾ ਗੁਰੂ ਦੇ ਅੱਗੇ ਬੇਨਤੀ ਕਰ, ਤੇ ਸਤਿਗੁਰੂ ਜੀ ਨੂੰ ਪੁੱਛੀਏ ਕਿ ਮਹਾਰਾਜ ਦਰਸ਼ਨ ਹੋ ਸਕਦੇ ਨੇ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੋ ਸਕਦੇ ਨੇ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਦਰਸ਼ਨ ਦਿੰਦੇ ਨੇ ਗੁਰੂ ਪਾਤਸ਼ਾਹ ਜੀ। ਜੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰੀਏ, ਲੋਕਾਚਾਰੀ ਵਾਸਤੇ ਨਹੀਂ, ਕੇਵਲ ਦਿਖਾਵੇ ਵਾਸਤੇ ਨਹੀਂ, ਜਦੋਂ ਅਸੀਂ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ, ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਈਏ, ਸੌਂਪ ਦਈਏ, ਤੇ ਗੁਰੂ ਦਾ ਹੁਕਮ ਮੰਨੀਏ, ਗੁਰੂ ਦੇ ਉਪਦੇਸ਼ ਨੂੰ ਮੰਨੀਏ, ਤੇ ਫਿਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ, ਦਰਸ਼ਨ ਮੰਗਾਉਂਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ,
ਤੇ ਭਗਤ ਜੀ ਤੇ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਉ, ਚਿਰ ਪਇਓ ਦਰਸ਼ਨ ਦੇਖੇ। ਇਹ ਜਿਹੜਾ ਚਿਰ ਸ਼ਬਦ ਹੈ ਨਾ, ਇਹ ਸਪਸ਼ਟ ਕਰਦਾ ਹੈ ਕਿ ਪਹਿਲੋਂ ਤੁਸੀਂ ਦਰਸ਼ਨ ਦਿੱਤੇ ਸੀ, ਪਹਿਲੋਂ ਤੁਹਾਡੇ ਦਰਸ਼ਨ ਹੋਏ ਸੀ, ਤੇ ਹੁਣ ਬਹੁਤ ਸਮਾਂ ਹੋ ਗਿਆ ਹੈ, ਹੁਣ ਦਰਸ਼ਨ ਬਖਸ਼ਿਸ਼ ਕਰੋ। ਗੁਰੂ ਦਰਸ਼ਨ ਬਖਸ਼ਿਸ਼ ਕਰਦਾ ਹੈ, ਕਿਉਂਕਿ ਦਸ ਗੁਰੂ ਸਾਹਿਬਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਨੇ, ਉਹ ਸਾਡੇ ਕੋਲੋਂ ਕਿਤੇ ਗਏ ਹੋਏ ਨਹੀਂ ਹਨ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਜੋ ਗੁਰੂ ਕੇ ਬਚਨਾਂ ਨੂੰ ਸੁਣਦੇ ਨੇ ਤੇ ਸੁਣਨ ਤੇ ਹੀ ਰੁਕ ਨਹੀਂ ਜਾਣਾ, ਸੁਣ ਕੇ ਕਮਾਉਣਾ ਹੈ, ਤੇ ਜਿਹੜੇ ਕਮਾਉਂਦੇ ਨੇ ਕੀ ਮਿਲਦਾ, ਹੋ ਤੇ ਉਧਾਰ, ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ, ਉਹ ਜੀਵਨ ਮੁਕਤੀ ਦੇ ਅਧਿਕਾਰੀ ਬਣ ਜਾਂਦੇ ਨੇ। ਉਹ ਸੰਸਾਰ ਵਿੱਚ ਰਹਿੰਦੇ ਆ, ਪਰਿਵਾਰ ਵਿੱਚ ਰਹਿੰਦੇ ਆ, ਕਾਰੋਬਾਰ ਵਿੱਚ ਰਹਿੰਦੇ ਆ, ਨਿਰੰਕਾਰ ਨਾਲ ਜੁੜ ਜਾਂਦੇ ਹਨ। ਆਪ ਤਰਹਿ ਲੋਕ ਨਿਸਤਾਰ, ਉਹ ਇਕੱਲੇ ਆਪ ਹੀ ਨਹੀਂ, ਕਹਿੰਦੇ ਜਿਹੜੇ ਗੁਰੂ ਦੇ ਬਚਨ ਸੁਣ ਤੇ ਕਮਾਉਂਦੇ ਨੇ ਨਾ, ਉਹ ਆਪ ਇਕੱਲੇ ਹੀ ਨਹੀਂ ਤਰਦੇ, ਲੋਕਾਂ ਦੂਸਰਿਆਂ ਨੂੰ ਵੀ ਨਿਸਤਾਰ ਪਾਰ ਕਰ ਦਿੰਦੇ ਨੇ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤਸਿਓ ਜਾਏਂਦਾ, ਕਹਿੰਦੇ ਆਪ ਤਰਦੇ ਨੇ, ਦੂਸਰਿਆਂ ਨੂੰ ਵੀ ਤਾਰਦੇ ਨੇ, ਤੇ ਸਤਿਕਾਰ ਸਹਿਤ ਪਰਮਾਤਮਾ ਦੀ ਦਰਗਾਹ ਵਿੱਚ ਚਲੇ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆਪ ਤਰੇ ਤਾਰੇਨ ਸਰਿੱਠਾ, ਕੁਰਬਾਣੀ ਤਿੰਨਾਂ ਗੁਰਸਿੱਖਾਂ, ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਬਲਿਹਾਰ ਹਾਂ ਜਿਹੜੇ ਆਪ ਵੀ ਤਰਦੇ ਨੇ ਕਮਾ ਕੇ ਬਚਨ, ਤੇ ਦੂਸਰਿਆਂ ਨੂੰ ਵੀ ਤਾਰਦੇ ਨੇ। ਆਪ ਤਰੇ ਸੰਗਤ ਕੁਲ ਤਾਰੇ, ਕੁਟੰਬ ਵੀ ਆਪਣਾ ਤਾਰ ਲੈਂਦੇ ਹਨ। ਸਫਲ ਜੀਵਨ ਸਫਲਤਾ ਕਾ ਸੰਗ, ਤੇ ਜਿਹਨੇ ਭਾਈ ਆਪ ਤਰਿਆ ਦੂਸਰਿਆਂ ਨੂੰ ਤਾਰਿਆ ਹੈ, ਬਚਨ ਕਮਾਏ ਨੇ, ਉਹਨਾਂ ਦਾ ਜੀਵਨ ਸਫਲ ਹੈ, ਸਫਲ ਜੀਵਨ, ਤੇ ਉਹਨਾਂ ਦਾ ਜੀਵਨ ਸਫਲ ਹੈ, ਤੇ ਕਿਸੇ ਸਫਲ ਜੀਵਨ ਵਾਲੇ ਦਾ ਸੰਗ ਕਰ ਲਓਗੇ, ਕਿਸੇ ਸਫਲ ਜੀਵਨ ਵਾਲੇ ਦੀ ਸੰਗਤ ਕਰ ਲਓਗੇ, ਤੇ ਆਪ ਵੀ ਸਫਲ ਹੋ ਜਾਓਗੇ, ਕਿਉਂਕਿ ਜੈਸੀ ਸੰਗਤ ਤੈਸੀ ਸੋਭਤ, ਜੇ ਸਤ ਸੰਗੀਆਂ ਦੀ ਸੰਗਤ ਕਰੋਗੇ ਤੇ ਚੋਰਾਂ ਤੋਂ ਵੀ ਸੰਤ ਬਣ ਜਾਓਗੇ, ਤੇ ਜੇ ਚੋਰਾਂ ਦੀ ਸੰਗਤ ਕਰੋਗੇ ਹੋ ਸਕਦਾ ਕੁਝ ਸਮੇਂ ਬਾਅਦ ਸੰਤ ਵੀ ਚੋਰ ਬਣ ਸਕਦਾ, ਕਿਉਂਕਿ ਸੰਗਤ ਤਾਂ ਰੰਗ ਮਨੁੱਖ ਦੇ ਉੱਤੇ ਚੜਦਾ। ਇਸ ਲਈ ਸਾਹਿਬ ਕਹਿੰਦੇ ਨੇ ਸੰਗਤ ਕਾ ਗੁਣ ਬਹੁਤ ਅਧਿਕਾਈ, ਪਰ ਸੂਆ ਗਨਕੇ ਉਧਾਰੇ, ਸੰਗਤ ਦਾ ਗੁਣ ਬਹੁਤ ਵੱਡਾ ਹੈ। ਸੂਆ ਕਹਿੰਦੇ ਤੋਤੇ ਨੂੰ, ਗਨਕਾ ਕਹਿੰਦੇ ਗਨਕਾ ਜੋ ਵੇਸਵਾ ਹੁੰਦੀ ਹੈ। ਮਹਾਂਪੁਰਸ਼ਾਂ ਨੇ ਤੋਤਾ ਦੇ ਦਿੱਤਾ ਗਨਕਾ ਨੂੰ, ਤੇ ਗਨਕਾ ਤੋਤੇ ਦੀ ਸੰਗਤ ਕਰਦੇ ਆ, ਤੋਤਾ ਰਾਮ ਰਾਮ ਜਪਦਾ ਹੈ ਤੇ ਉਹਦੇ ਨਾਲ ਗਨਕਾ ਵੀ ਜਪਦੀ ਹੈ, ਗਨਕਾ ਦਾ ਉਧਾਰ ਹੋ ਗਿਆ। ਤੇ ਜੇ ਕਿਸੇ ਐਸੇ ਮਨੁੱਖ ਦੀ ਸੰਗਤ ਕਰ ਲਈਏ ਤੇ ਸੰਗਤ ਕਰਨ ਕਰਕੇ ਮਨੁੱਖ ਕੋੜੀ ਵੀ ਹੋ ਜਾਂਦਾ, ਪ੍ਰੇਮੀ ਨੇ ਐਸਿਆਂ ਦੀ ਸੰਗਤ ਕੀਤੀ।
ਕੋੜ ਦਾ ਰੋਗ ਲੱਗ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਹੋਈ ਤੇ ਉਹ ਕੋੜ ਦਾ ਰੋਗ ਕੱਟ ਕੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ। ਇਸ ਕਰਕੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਗੁਰੂ ਕੀ ਬਾਣੀ ਨਾਲ ਜੁੜਨਾ। ਸਫਲ ਮਨੁੱਖ ਦੀ ਸੰਗਤ ਕਰਨ ਕਰਕੇ ਉਹਦੀ ਸੰਗਤ ਕੀਤੀ ਵੀ ਸਫਲ ਹੈ। ਜਾ ਕੇ ਮਨ ਲੱਗ ਹਰ ਰੰਗ, ਸਾਹਿਬ ਜੀ ਸਪਸ਼ਟ ਕਰਦੇ ਨੇ ਕਿਹਦਾ ਜੀਵਨ ਸਫਲ ਹੈ, ਕਿਹਦੀ ਸੰਗਤ ਕੀਤੀ ਸਫਲ ਹੈ। ਜਾ ਕੇ ਮਨ, ਜਿਹਦੇ ਮਨ ਵਿੱਚ ਸੰਪਰਦਾਇਕਾਰਕ ਹੈ, ਨੰਨੇ ਦੇ ਸਿਹਾਰੀ, ਜਿਹਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਗਿਆ, ਜਿਹਦਾ ਮਨ ਨਾਮ ਦੇ ਨਾਲ ਰੰਗਿਆ ਗਿਆ, ਮਨ ਤੁੱਠਾ ਮਨ ਰੰਗੋ ਵਡਭਾਗੀਓ ਗੁਰਤੁੱਠਾ ਕਰੇ ਪਸਾਓ। ਸਾਹਿਬ ਜੀ ਕਹਿੰਦੇ ਵੱਡੇ ਭਾਗਾਂ ਵਾਲਿਓ, ਆਪਣਾ ਮਨ ਨਾਮ ਦੇ ਵਿੱਚ ਰੰਗੋ, ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇਗਾ। ਜੈ ਜੈ ਸ਼ਬਦ ਅਨਾਹਦ ਵਾਜੈ, ਤੇ ਫਿਰ ਕੀ ਹੋਏਗਾ ਜੀ? ਕਹਿੰਦੇ ਜੈ ਜੈ ਸ਼ਬਦ, ਉਹ ਜੈ ਜੈਕਾਰ ਹੋਵੇਗੀ ਉਸਦੀ, ਉਹਦੇ ਮਨ ਵਿੱਚ ਇੱਕ ਰਸ ਪਰਮਾਤਮਾ ਦੇ ਨਾਮ ਦੇ ਵਾਜੇ ਵੱਜਦੇ ਨੇ, ਅਨਹਦ ਇੱਕ ਰਸ ਪਰਮਾਤਮਾ ਦੇ ਨਾਮ ਦੇ ਵਾਜੇ ਵੱਜਣ ਲੱਗ ਪੈਂਦੇ ਨੇ। ਇਉਂ ਕਹਿ ਲਓ ਕਿ ਉਹਦੀ ਜੈ ਜੈਕਾਰ ਹੋ ਜਾਂਦੀ ਹੈ। ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਕੋਈ ਰੋਕ ਟੋਕ ਨਹੀਂ ਹੁੰਦੀ, ਵੀ ਉਹਨਾਂ ਨੂੰ ਵੀ ਧਰਮ ਰਾਜ ਐਸੇ ਚਵ ਹੈ ਕੀਤੋ ਭਵਨ ਪੁਨੀਤ। ਧਰਮ ਰਾਜ ਵੀ ਕਹਿੰਦਾ ਮਹਾਰਾਜ ਆਓ, ਤੁਸੀਂ ਮੇਰੀ ਧਰਮ ਰਾਜ ਦੀ ਪੁਰੀ ਨੂੰ ਪਵਿੱਤਰ ਕਰ ਦਿੱਤਾ। ਰੇ ਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਵ। ਉਹਨੂੰ ਰੇ ਰੇ ਓਏ ਓਏ ਨਹੀਂ ਕਹੇਗਾ, ਸਗੋਂ ਦੀ ਜੈ ਜੈਕਾਰ ਹੋਵੇਗੀ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ। ਉਹਦੇ ਸਤਿਕਾਰ ਦੇ ਵਾਜੇ ਵੱਜਦੇ ਨੇ, ਉਹਦੇ ਅੰਦਰ ਪਰਮਾਤਮਾ ਦੇ ਨਾਮ ਦੇ ਇੱਕ ਰਸ ਵਾਜੇ ਵੱਜਦੇ ਹਨ। ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ, ਤੇ ਉਹ ਆਨੰਦ ਦੇ ਵਾਜਿਆਂ ਨੂੰ ਸੁਣ ਸੁਣ ਕੇ, ਪਰਮਾਤਮਾ ਦੇ ਗੁਰੂ ਕੇ ਬਚਨ, ਸਾਧ ਕੇ ਬਚਨ ਸੁਣ ਸੁਣ ਕੇ ਆਨੰਦ, ਆਨੰਦ ਆਤਮਕ ਖੇੜਾ ਹੈ, ਆਨੰਦ ਆਤਮਕ ਖੁਸ਼ੀਆਂ ਨੇ, ਸੰਸਾਰਕ ਆਨੰਦ ਨਹੀਂ। ਉਹ ਆਨੰਦ ਜਿਸ ਨੂੰ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਆਨੰਦ, ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਉਹ ਆਨੰਦ ਜਿਹੜਾ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ, ਉਹ ਆਨੰਦ ਜਿਹੜਾ ਹਮੇਸ਼ਾ ਬਣਿਆ ਰਹਿੰਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ, ਉਹ ਪ੍ਰਭੂ ਦੇ ਨਾਮ ਦੇ ਵਾਜੇ ਵੱਜਦੇ ਨੇ, ਉਹ ਗੱਜਦਾ ਪਰਮਾਤਮਾ ਦੀ ਦਰਗਾਹ ਵਿੱਚ ਭਾਵ ਕੇ ਉਹਦੇ ਮਸਤਕ ਤੇ ਜਸ ਦੇ ਟਿੱਕੇ ਨਿਕਲਦੇ ਨੇ। ਪ੍ਰਗਟੇ ਗੋਪਾਲ ਮਹਾਤ ਕੈ ਮਾਥੇ, ਤੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਦੇ ਮਾਤਾ ਮਹਾਂਤ ਕੇ ਮਾਥੇ, ਮਾਥੇ ਜਿਹੜਾ ਮਸਤਕ ਹੈ ਨਾ, ਉਹਦੇ ਮਸਤਕ ਦੇ ਉੱਤੇ ਜਸ ਦੇ ਕਹਿੰਦੇ ਟਿੱਕੇ ਨਿਕਲਦੇ ਨੇ। ਕੌਣ ਲਾਉਂਦਾ ਜੀ? ਪ੍ਰਗਟੇ ਗੋਪਾਲ, ਗੋਪਾਲ ਪਰਮੇਸ਼ਰ, ਪਰਮੇਸ਼ਰ ਦੇ ਨਾਮ ਦੇ ਮਸਤਕ ਦੇ ਉੱਤੇ ਟਿੱਕੇ ਲੱਗਦੇ ਨੇ, ਮਸਤਕ ਤੇ ਨਿਸ਼ਾਨ ਲੱਗਦੇ ਨੇ।
ਨਾਨਕ ਉਦਰੇ ਤਿਨਕੈ ਸਾਥੇ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ, ਹੇ ਨਾਨਕ ਉਦਰੇ ਤਿਨਕੇ ਸਾਥੇ, ਉਹਨਾਂ ਦੇ ਸਾਥ ਕਰਕੇ ਉਧਰ ਜਾਈਦਾ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ। ਇਤਿਹਾਸ ਵਿੱਚ ਐਸੀਆਂ ਅਨੇਕ ਪ੍ਰਕਾਰ ਦੀਆਂ ਘਟਨਾਵਾਂ ਆਉਂਦੀਆਂ ਨੇ। ਬਾਬਾ ਬਿਧੀ ਚੰਦ ਜੀ ਜਦੋਂ ਭਾਈ ਆਦਮ ਦੇ ਭਾਈ ਸੰਤ ਦੀ ਜਾ ਕੇ ਸ਼ਰਨ ਵਿੱਚ ਪਿਆਏ ਤੇ ਸੰਤ ਦੀ ਸੰਗਤ ਕੀਤੀ, ਗੁਰੂ ਪਿਆਰੇ ਦੀ ਸੰਗਤ ਕੀਤੀ, ਭਾਈ ਅਦਲੀ ਦੀ ਸੰਗਤ ਵਿੱਚ ਜਾ ਕੇ ਉਹ ਬਿਧੀ ਚੰਦ ਜਿਸ ਨੂੰ ਚੋਰੀ ਕਰਨ ਦੀ ਆਦਤ ਸੀ ਤੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕਰ ਦਿੱਤੀ, ਕਹਿਣ ਲੱਗੇ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਲੀਨਾ। ਸਤਿਗੁਰੂ ਜੀ ਕਹਿੰਦੇ ਇਹ ਬਿਧੀ ਚੰਦ ਗੁਰੂ ਦਾ ਸੀਨਾ ਹੈ, ਪ੍ਰੇਮਾ ਭਗਤੀ ਦੇ ਵਿੱਚ ਲੀਨ ਹੈ, ਪ੍ਰੇਮਾ ਭਗਤੀ ਦੇ ਵਿੱਚ ਜੁੜਿਆ ਹੋਇਆ, ਕਿਉਂਕਿ ਜਿਹੜੀ ਪ੍ਰੇਮਾ ਭਗਤੀ ਹੈ ਨਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਬਖਸ਼ਿਸ਼ ਕਰਦੇ ਨੇ, ਭਗਤ ਨਵੇਂ ਪ੍ਰਕਾਰਾ, ਨੌ ਪ੍ਰਕਾਰ ਦੀ ਭਗਤੀ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਹੈ। ਵੈਸੇ ਨਾ ਗ੍ਰੰਥਾਂ ਨੇ 16 ਪ੍ਰਕਾਰ ਦੀ ਭਗਤੀ ਕਿਹਾਈ ਹੈ, ਉਹਦੇ ਤੋਂ ਜਿਹੜੀ ਸੂਖਮ ਪ੍ਰਕਾਰ ਦੀ ਭਗਤੀ 84 ਪ੍ਰਕਾਰ ਦੀ ਭਗਤੀ ਹੈ, ਨਮਦਾ ਭਗਤੀ ਜਿਹੜੀ ਹੈ ਇਹ ਸ੍ਰੇਸ਼ਟ ਭਗਤੀ ਮੰਨੀ ਗਈ ਹੈ, ਤੇ ਨਵਦਾ ਭਗਤੀ ਵਿੱਚੋਂ ਜਿਹੜੀ ਪ੍ਰੇਮਾ ਭਗਤੀ ਹੈ ਇਹ ਸਭ ਤੋਂ ਸ੍ਰੇਸ਼ਟ ਹੈ, ਕਿਉਂਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸਨੇ ਪ੍ਰੇਮ ਕੀਤਾ ਪਰਮਾਤਮਾ ਨਾਲ ਉਸਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ, ਪ੍ਰੇਮ ਤੋਂ ਬਿਨਾਂ ਤੇ ਕੁਝ ਵੀ ਨਹੀਂ ਬਣ ਸਕਦਾ। ਤੁਸੀਂ ਸੇਵਾ ਕਰਦੇ ਹੋ, ਬਾਣੀ ਪੜ੍ਹਦੇ ਹੋ, ਗੁਰੂ ਘਰ ਵਿੱਚ ਆਉਂਦੇ ਹੋ, ਜੇ ਤੁਹਾਡੇ ਮਨ ਵਿੱਚ ਪ੍ਰੇਮ ਨਹੀਂ ਤੇ ਸਾਹਿਬ ਕਹਿੰਦੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਬੱਧਾ ਚੱਟੀ ਵੀ ਗੁਰਦੁਆਰਾ ਬੰਗਲਾ ਸਾਹਿਬ ਜਾਣਾ ਹੈ ਤੇ ਸਮਾਂ ਮੇਰੇ ਕੋਲ ਨਹੀਂ ਹੈ, ਪਰ ਜਾਣਾ ਜ਼ਰੂਰ ਹੈ, ਧਿਆਨ ਆਪਣਾ ਕੰਮਾਂ ਵਿੱਚ ਰਹਿੰਦਾ ਹੈ, ਧਿਆਨ ਪਰਿਵਾਰ ਵਿੱਚ ਪਿੱਛੇ ਕਾਰੋਬਾਰ ਵਿੱਚ ਹੈ, ਤੇ ਕਾਹਲੀ ਕਾਹਲੀ ਆਏ, ਆ ਕੇ ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਚਲੇ ਗਏ। ਨਹੀਂ ਭਾਈ, ਗੁਰੂ ਕੇ ਹਜ਼ੂਰ ਆਉਣ ਦਾ ਮਕਸਦ ਹੁੰਦਾ ਹੈ, ਜਿੰਨਾ ਵੀ ਸਮਾਂ ਗੁਰੂ ਬਖਸ਼ਿਸ਼ ਕਰੇ 5, 7, 10 ਮਿੰਟ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦਾ ਬਚਨ ਸੁਣਨਾ ਹੈ, ਗੁਰੂ ਦਾ ਉਪਦੇਸ਼ ਸਰਵਣ ਕਰਨਾ ਹੈ, ਕਿਉਂਕਿ ਗੁਰੂ ਸਾਨੂੰ ਉਪਦੇਸ਼ ਸਰਵਣ ਕਰਵਾਉਣ ਵਾਸਤੇ ਪ੍ਰਕਾਸ਼ਮਾਨ ਨੇ। ਬਾਦਸ਼ਾਹ ਦੀ ਕਚਹਿਰੀ ਲੱਗੀ ਹੁੰਦੀ ਹੈ ਤੇ ਕਚਹਿਰੀ ਵਿੱਚ ਜਿਹੜੇ ਲੋਕ ਆਉਂਦੇ ਨੇ ਕਿ ਉਹ ਆ ਕੇ ਉਸੇ ਵੇਲੇ ਬਾਦਸ਼ਾਹ ਨੂੰ ਕੁਨਸ ਕਰਕੇ ਵਾਪਸ ਚਲੇ ਜਾਂਦੇ, ਨਹੀਂ, ਉਹਨਾਂ ਨੂੰ ਕਚਹਿਰੀ ਵਿੱਚ ਬੈਠਣਾ ਪੈਂਦਾ ਹੈ, ਉਹਨਾਂ ਨੂੰ ਰਾਜ ਸਭਾ ਵਿੱਚ ਬੈਠਣਾ ਪੈਂਦਾ ਹੈ, ਤੇ ਰਾਜਾ ਜੋ ਆਪਣੇ ਮੁਖ ਤੋਂ ਫਰਮਾਨ ਕਰਦਾ ਹੈ ਉਸ ਫਰਮਾਨ ਨੂੰ ਆਪਣੇ ਜੀਵਨ ਵਿੱਚ ਉਹ ਢਾਲਣ ਦਾ ਯਤਨ ਕਰਦੇ ਨੇ। ਇਹ ਤਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਤਾਂ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ, ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਨੇ, ਤੇ ਅਸੀਂ ਆ ਕੇ ਗੁਰੂ ਦਾ ਬਚਨ ਜ਼ਰੂਰ ਸੁਣਨਾ ਹੈ, ਬਚਨ ਸੁਣ ਕੇ ਉਹਨੂੰ ਸਾਰਾ ਦਿਨ ਆਪਣੇ ਜਿਹਨ ਵਿੱਚ ਰੱਖਣਾ ਹੈ, ਆਪਣੀ ਬਿਰਤੀ ਰੂਪੀ ਪੱਲੇ ਵਿੱਚ ਗੰਢ ਦੇ ਲੈਣੀ ਹੈ, ਤੇ ਜਦੋਂ ਅਸੀਂ ਕਿਸੇ ਸਾਡੇ ਜਿਹੜੇ ਪੈਰ ਨੇ ਨਾ ਕਿਸੇ ਕਾਰਨ ਕਰਕੇ ਕੁਮਾਰਗ ਤੇ ਚੱਲਣ,
ਸਾਡੇ ਮਨ ਵਿੱਚ ਕੋਈ ਔਗੁਣ ਫੁਰਦਾ ਹੈ, ਸਾਡੇ ਮਨ ਵਿੱਚ ਕੋਈ ਮੰਦੇ ਵਿਚਾਰ ਆਉਂਦੇ ਨੇ, ਤੇ ਉਦੋਂ ਸੋਚ ਲਿਆ ਕਰ ਗੁਰੂ ਨੇ ਅੱਜ ਬਚਨ ਕੀ ਕਿਹਾ, ਗੁਰੂ ਨੇ ਅੱਜ ਉਪਦੇਸ਼ ਬਖਸ਼ਿਸ਼ ਕੀ ਕੀਤਾ। ਜਦੋਂ ਉਹ ਬਚਨ ਤੇਰੇ ਸਾਹਮਣੇ ਆਏਗਾ, ਤੇਰਾ ਮਨ ਉਸ ਪਾਸਿਓ ਉਲਟ ਕੇ ਸ਼ਬਦ ਦੇ ਵਿੱਚ ਲੱਗ ਜਾਏਗਾ, ਤੇ ਸ਼ਬਦ ਵਿੱਚ ਲੱਗਿਆ ਹੋਇਆ ਮਨ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਾਨੂੰ ਰਸਾਈ ਪ੍ਰਾਪਤ ਕਰਵਾ ਸਕਦਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਹੈ ਨਾਨਕ ਉਧਰੇ ਤਿੰਨ ਕੈ ਸਾਥੇ, ਤਿੰਨ ਤਿੰਨਾਂ ਦੇ ਸਾਥ ਕਰਕੇ, ਤਿੰਨਾਂ ਕੀ ਸੰਗਤ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਧਰੇ ਉਹ ਉਧਰ ਗਏ ਨੇ। ਇਸੇ ਲਈ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ। ਕਿਸੇ ਐਸੇ ਦੀ ਸੰਗਤ ਕਰੇਗਾ ਨਾ ਤੇ ਕੁਝ ਵੀ ਪੱਲੇ ਨਹੀਂ ਪੈਣਾ, ਨਾ ਖਲ ਪੱਲੇ ਪੈਣੀ ਹੈ ਨਾ ਤੇਲ ਪੱਲੇ ਪੈਣਾ ਹੈ। ਕਹਾਣੀ ਦੇ ਵਿੱਚ ਪਾਈ ਹੋਈ ਸਰੋਂ ਵੀ ਚਲੀ ਜਾਏਗੀ, ਪੱਲੇ ਵੀ ਕੁਛ ਨਹੀਂ ਪਵੇਗਾ। ਇਸ ਲਈ ਕਰਨਾ ਕੀ ਹੈ, ਕਬੀਰ ਸੰਗਤ ਕਰੀਏ ਸਾਧ ਕੀ, ਦਿਨ ਦਿਨ ਦੂਣਾ ਹੇਤ ਸਾਧੂ ਸਤਿਗੁਰੂ ਦੀ ਸੰਗਤ ਕਰ, ਗੁਰੂ ਦੇ ਪਿਆਰਿਆਂ ਦੀ ਸੰਗਤ ਕਰ। ਤੇ ਸਾਧੂ ਕਿਸ ਨੂੰ ਕਿਹਾ ਗਿਆ ਹੈ, ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਇਆ। ਸਤਿਗੁਰੂ ਕਹਿੰਦੇ ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਕਿਸੇ ਲਿਬਾਸ ਦਾ ਨਾਮ ਨਹੀਂ ਹੈ। ਕਿਸੇ ਪ੍ਰਕਾਰ ਦਾ ਵੀ ਕੋਈ ਲਿਬਾਸ ਧਾਰਨ ਕਰ ਲਏ, ਕਿਸੇ ਪ੍ਰਕਾਰ ਦੇ ਕੋਈ ਵਸਤਰ ਪਹਿਨ ਲਏ, ਕੀਮਤੀ ਪਹਿਨ ਲਏ, ਮਾੜੇ ਪਹਿਨ ਲਏ, ਕੱਪੜੇ ਸੰਤ ਨਹੀਂ ਕਰਨੀ ਸੰਤ ਹੈ। ਇਸੇ ਲਈ ਸਾਹਿਬ ਕਹਿੰਦੇ ਨੇ ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਹਦੇ ਕਰਮ ਨਿਰਮਲ ਨੇ ਉਹ ਸਾਧੂ ਹੈ। ਤੇ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਵਾਸ ਗਰਾਸ ਨਹੀਂ ਵਿਸਰਦਾ, ਕੋਈ ਦੁਕਾਨ ਤੇ ਬੈਠਾ ਹੈ, ਕੋਈ ਪਰਿਵਾਰ ਵਿੱਚ ਬੈਠਾ ਹੈ, ਕੋਈ ਆਪਣੀ ਜੌਬ ਤੇ ਬੈਠਾ ਹੈ, ਤੇ ਉਹਦੇ ਅੰਦਰੋਂ ਸਵਾਸ ਸਵਾਸ ਨਾਲ ਸਿਮਰਨ ਚੱਲ ਰਿਹਾ, ਉਹ ਸਭ ਤੋਂ ਵੱਡਾ ਸੰਤ ਹੈ। ਵੈਸੇ ਨਾ ਗ੍ਰਿਸ਼ਤੀ ਨੂੰ ਸਾਰਿਆਂ ਤੋਂ ਵੱਡਾ ਸੰਤ ਕਿਹਾ ਗਿਆ, ਗੁਰਸਿੱਖ ਨੂੰ ਸਭ ਤੋਂ ਵੱਡੀ ਮਹਾਨਤਾ ਦਿੱਤੀ ਗਈ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸੰਤ ਦੀ, ਭਗਤ ਦੀ, ਗੁਰਮੁਖ ਦੀ ਗੱਲ ਕਰਕੇ ਸਾਹਿਬ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਕਹਿੰਦੇ ਸੰਤ ਨਾਲੋਂ, ਭਗਤ ਨਾਲੋਂ, ਗੁਰਮੁਖ ਨਾਲੋਂ, ਗੁਰਸਿੱਖਾਂ ਦੇ ਭਾਗ ਸਭ ਤੋਂ ਵੱਡੇ ਨੇ ਕਿਹੜਿਆਂ ਦੇ, ਜੋ ਗੁਰ ਚਰਨੀ ਸਿੱਖ ਪੜਤਿਆ, ਜਿਹੜੇ ਸਿੱਖ ਗੁਰੂ ਦੇ ਚਰਨੀ ਪੈਂਦੇ ਨੇ, ਜਿਵੇਂ ਆਪ ਜੀ ਗੁਰੂ ਕੀ ਹਜ਼ੂਰੀ ਵਿੱਚ ਸੱਜ ਬੈਠੇ ਹੋ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਰਹਿਮਤ ਕਰਦੇ ਨੇ ਉਹਨਾਂ ਦੀ ਸੰਗਤ ਕਰਨ ਵਾਲੇ ਸਾਰੇ ਉਧਰ ਜਾਂਦੇ ਨੇ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ। ਸਰਨ ਜੋਗ ਸੁਨ ਸਰਨੀ ਆਏ, ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਗਿਆਸੂ ਦੇ ਜਦੋਂ ਧਿਆਨ ਵਿੱਚ ਆਇਆ ਨਾ ਕਿ ਗੁਰੂ ਸਰਬ ਕਲਾ ਸਮਰੱਥ ਹੈ, ਗੁਰੂ ਸਰਬ ਸ਼ਕਤੀਮਾਨ ਹੈ, ਤੇ ਆਏ ਦੀ ਲਾਜ ਰੱਖਣ ਵਾਲਾ ਹੈ ਗੁਰੂ। ਸਰਨ ਯੋਗ, ਸਰਨ ਵਿੱਚ ਆਇਆਂ ਦੀ ਰੱਖਿਆ ਕਰਨ ਦੇ ਯੋਗ ਹੈ,
ਸਰਨ ਪ੍ਰਤਿਪਾਲਕ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਸਤਿਗੁਰੂ ਜੀ, ਆਪ ਜੀ ਨੂੰ ਸਰਨ ਆਏ ਦੀ ਰੱਖਿਆ ਕਰਨ ਦੇ ਸਮਰੱਥ ਜਾਣ ਕੇ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਆਪ ਜੀ ਦੇ ਚਰਨਾਂ ਦੀ ਸ਼ਰਨ ਤੱਕੀ ਹੈ। ਕਰ ਕਿਰਪਾ ਪ੍ਰਭ ਆਪ ਮਿਲਾਏ। ਇਹ ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰ ਦਿੱਤੀ, ਗੁਰੂ ਨੇ ਕਿਰਪਾ ਕਰਕੇ ਆਪਣੇ ਸੇਵਕ ਨੂੰ ਆਪਣੇ ਨਾਲ ਮਿਲਾ ਲਿਆ ਹੈ। ਮਿਟ ਗਏ ਬੈਰ ਪਏ ਸਭ ਰੇਨਾ। ਨਿਸ਼ਾਨੀ ਕੀ ਹੈ? ਜਿਸ ਨੂੰ ਗੁਰੂ ਨੇ ਮਿਲਾ ਲਿਆ, ਉਹਦੇ ਸਾਰੇ ਜਿਤਨੇ ਬੈਰ ਵਿਰੋਧ ਸੀ ਸਾਰੇ ਮਿਟ ਗਏ। ਇੰਨੀ ਨਿਮਰਤਾ ਹੋ ਗਈ ਕਿ ਸਾਧ ਦੇ ਸੰਗਤ ਦੇ ਚਰਨਾਂ ਦੀ ਧੂੜੀ ਬਣ ਗਿਆ, ਹਉਮੈ ਹੰਕਾਰ ਕੱਟੀ ਗਈ। ਇੰਨੀ ਨਿਮਰਤਾ ਵਿੱਚ ਆ ਗਿਆ ਕਿ ਹਮ ਗਰੀਬ ਮਸਕੀਨ ਪ੍ਰਭ ਤੇਰੇ। ਇੰਨੀ ਨਿਮਰਤਾ ਵਿੱਚ ਹੋ ਗਏ, ਰੇਨ ਚਰਨ ਧੂੜ ਬਣ ਗਿਆ ਹੈ। ਅੰਮ੍ਰਿਤ ਨਾਮ ਸਾਧ ਸੰਗ ਲੈਣ। ਇਸ ਲਈ ਭਾਈ ਅੰਮ੍ਰਿਤ ਨਾਮ, ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗ ਲੈਣ। ਇਹ ਜਿਹੜੀ ਸਾਧ ਸੰਗਤ ਵਿੱਚ ਸੱਜ ਬੈਠੇ ਹੋ, ਸਤ ਸੰਗਤ ਵਿੱਚੋਂ ਪਰਮਾਤਮਾ ਦੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਹੁੰਦਾ ਹੈ। ਪ੍ਰਸੰਨ ਭਏ ਗੁਰਦੇਵ। ਮਿਲਦਾ ਕਿਸ ਨੂੰ ਹੈ? ਜਿਸ ਤੇ ਸਤਿਗੁਰੂ ਪਾਤਸ਼ਾਹ ਜੀ ਪ੍ਰਸੰਨਤਾ ਵਿੱਚ ਹੋਣ। ਪੂਰਨ ਹੋਈ ਸੇਵਕੀ ਸੇਵ। ਉਹ ਸੇਵਕ ਦੀ ਸੇਵਾ ਪੂਰੀ ਹੋ ਜਾਂਦੀ ਹੈ, ਸੇਵਕ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ। ਆਲ ਜੰਜਾਲ ਬੇਕਾਰ ਤੇ ਰਹਤੇ। ਉਹ ਫਿਰ ਆਲ ਜਾਲ ਮਾਇਆ ਦੇ ਜੰਜਾਲਿਆਂ ਵਿੱਚੋਂ, ਮਾਇਆ ਦੇ ਜੰਜਾਲ ਵਿੱਚੋਂ, ਵਿਸ਼ਿਆਂ ਵਿਕਾਰਾਂ ਵਿੱਚੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰਹਿਤ ਹੋ ਜਾਂਦਾ, ਕੱਟੇ ਜਾਂਦੇ ਨੇ। ਰਾਮ ਨਾਮ ਸੁਣ ਰਸਨਾ ਕਹਤੇ। ਉਹ ਪਰਮਾਤਮਾ ਦੇ ਰਾਮ ਨੂੰ ਸੁਣਦਾ ਤੇ ਰਸਨਾ ਤੋਂ ਕਹਿੰਦਾ ਹੈ, ਕੰਨਾਂ ਨਾਲ ਸੁਣਦਾ ਹੈ, ਰਸਨਾ ਤੋਂ ਨਾਮ ਜਪਦਾ ਹੈ। ਕਰ ਪ੍ਰਸਾਦ ਦਇਆ ਪ੍ਰਭ ਧਾਰੀ। ਗੁਰੂ ਨੇ ਕਿਰਪਾ ਕਰਕੇ ਆਪਣੇ ਸੇਵਕ ਦੇ ਉੱਤੇ ਦਇਆ ਕਰ ਦਿੱਤੀ। ਨਾਨਕ ਨਿਭੀ ਖੇਪ ਹਮਾਰੀ। ਇਸ ਲਈ ਸਾਹਿਬ ਜੀ ਕਹਿੰਦੇ ਨਾਨਕ, ਹੇ ਨਾਨਕ, ਜਿਹੜੀ ਮੇਰੀ ਖੇਪ ਵਸਤੂ ਸੀ ਨਾ, ਵਪਾਰ ਕਰਨ ਵਾਲੀ, ਕਿਹੜੀ? ਸਵਾਸਾਂ ਦੀ ਵਸਤੂ, ਨਾਮ ਦਾ ਵਪਾਰ ਕਰਨ ਵਾਲੀ, ਇਹ ਨਿਭ ਹੀ ਆਪ ਦੇ ਦਰ ਤੇ ਪ੍ਰਵਾਨ ਹੋ ਗਈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਇਸ ਲਈ ਸਾਹਿਬ ਜੀ ਕਹਿੰਦੇ, ਹੇ ਸੰਤ ਮਿੱਤਰ ਸਤ ਸੰਗੀ ਜਨੋ, ਪ੍ਰਭੂ ਦੀ ਉਸਤਤ ਕਰੋ, ਪ੍ਰਭੂ ਦੀ ਵਡਿਆਈ ਕਰੋ। ਸਾਵਧਾਨ ਇਕਾਗਰ ਚੀਤ। ਪਰ ਵਡਿਆਈ ਇਕਾਗਰ ਚਿੱਤ ਹੋ ਕੇ, ਸਾਵਧਾਨ ਹੋ ਕੇ ਕਰਨੀ ਹੈ। ਐਨੀ ਕਿ ਨਿਤਨੇਮ ਕਰਨਾ ਤੇ ਵਾਸੀਆਂ ਵੀ ਲੈ ਜਾਣੀਆਂ, ਹੱਥਾਂ ਵਿੱਚੋਂ ਗੁਟਕਾ ਸਾਹਿਬ ਵੀ ਡਿੱਗ ਪਵੇ, ਉਹ ਨਹੀਂ। ਸਾਵਧਾਨ ਹੋ ਕੇ, ਸੁਚੇਤ ਹੋ ਕੇ, ਇਕਾਗਰ ਚਿੱਤ ਹੋ ਕੇ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ। ਇਹ ਗੁਰੂ ਦੀ ਬਾਣੀ ਸੁੱਖਾਂ ਦੀ ਮਨੀ ਹੈ। ਆਤਮਕ ਸੁੱਖ, ਪਰਮਾਤਮਾ ਦੇ ਸੁੱਖ, ਲੋਕ ਤੇ ਪ੍ਰਲੋਕ ਦੇ ਸੁੱਖ ਦੇਣ ਵਾਲੀ ਹੈ। ਕਿਹੜੀ? ਗੋਬਿੰਦ ਗੁਣ ਗੁਣ ਗੋਬਿੰਦ ਪਰਮਾਤਮਾ ਦਾ ਨਾਮ।
ਇਹ ਸੁੱਖਾਂ ਦੀ ਮਣੀ ਹੈ। ਜਿਸ ਮਨ ਬਸੈ ਸੋਹੋਤ ਨਿਧਾਨ। ਇਹ ਪਰਮਾਤਮਾ ਦਾ ਨਾਮ ਜੋ ਸੁੱਖ ਦੇਣ ਵਾਲਾ ਹੈ, ਜਿਸ ਦੇ ਮਨ ਵਿੱਚ ਵਸ ਜਾਂਦਾ ਨਿਹਾਲ ਹੋ ਜਾਂਦਾ ਹੈ। ਨਿਹਾਲ 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 ਦੀ ਬਖਸ਼ਿਸ਼ ਹੋ ਜਾਂਦੀ ਹੈ। ਸਰਬ ਇੱਛਾ ਤਾਂ ਕੀ ਪੂਰਨ ਹੋਏ। ਹੋਰ ਕੀ ਪ੍ਰਾਪਤ ਹੁੰਦਾ? ਕਹਿੰਦੇ ਉਹਦੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ। ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧਿਨ। ਦਾਤਾ ਹਰ ਜਿਹੜਾ ਪਰਮਾਤਮਾ ਹੈ ਨਾ, ਜਦੋਂ ਮਨ ਵਿੱਚ ਵਸਦਾ ਹੈ ਉਹਦੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਨੇ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਾਰੀ ਲੁਕਾਈ ਵਿੱਚ, ਸਾਰੇ ਲੋਕਾਂ ਵਿੱਚ ਉਹ ਪ੍ਰਧਾਨ ਹੋ ਜਾਂਦਾ, ਮੁਖੀ ਹੋ ਜਾਂਦਾ ਹੈ, ਉਹਦਾ ਸਤਿਕਾਰ ਬਣ ਜਾਂਦਾ ਹੈ। ਸਭ ਤੇ ਊਚ ਪਾਏ ਅਸਥਾਨ। ਹੋਰ ਕੀ ਹੁੰਦਾ ਸਾਹਿਬ? ਕਹਿੰਦੇ ਸਾਰਿਆਂ ਤੋਂ ਉੱਚਾ ਸਥਾਨ ਪ੍ਰਾਪਤ ਹੋ ਜਾਂਦਾ, ਭਾਵ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸਤਿਕਾਰ ਮਿਲਦਾ ਹੈ। ਲੋਕ ਵਿੱਚ ਵੀ ਸਤਿਕਾਰ ਮਿਲਦਾ ਹੈ, ਪਰ ਲੋਕ ਵਿੱਚ ਵੀ ਸਤਿਕਾਰ ਮਿਲਦਾ ਹੈ। ਦੋਨਾਂ ਲੋਕਾਂ ਵਿੱਚ ਜਸ ਮਿਲਦਾ ਹੈ, ਅਪਜਸ ਜਿਹੜਾ ਮਿਟ ਜਾਂਦਾ ਹੈ। ਬਹੁਰ ਨਾ ਹੋਵੇ ਆਵਣ ਜਾਣ। ਤੇ ਫਿਰ ਸਾਹਿਬ ਜੀ ਕਹਿੰਦੇ ਉਹਦਾ ਮੁੜ ਕੇ ਆਉਣਾ ਜਾਣਾ ਨਹੀਂ ਹੋਵੇਗਾ। ਉਹ ਜੰਮ ਜੰਮ ਮਰੇ ਮਰੇ ਫਿਰ ਜੰਮੇ, ਇਸ 84 ਦੇ ਚੱਕਰ ਵਿੱਚ ਨਹੀਂ ਪਵੇਗਾ। ਹਰ ਤਨ ਖਾਟ ਚਲੇ ਜਨ ਸੋਏ। ਸੋਏ ਉਹ ਮਨੁੱਖ ਹਰੀ ਪਰਮਾਤਮਾ ਦੇ ਨਾਮ ਰੂਪੀ ਧਨ ਨੂੰ ਖੱਟ ਕੇ ਜਾਂਦਾ ਹੈ ਸੰਸਾਰ ਦੇ ਉੱਤੋਂ। ਅਸੀਂ ਵਪਾਰ ਕਰਨ ਵਾਸਤੇ ਆਏ ਹਾਂ, ਸਵਾਸਾਂ ਦੀ ਪੂੰਜੀ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਨਾਮ ਦੀ ਵਸਤੂ ਖਰੀਦਣੀ ਹੈ। ਜਿਹਨੇ ਸਵਾਸ ਖਰਚ ਕਰਕੇ ਨਾਮ ਪ੍ਰਾਪਤ ਕਰ ਲਿਆ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਨਾਮ ਰੂਪੀ ਧਨ ਖੱਟ ਕੇ ਜਾਂਦਾ ਹੈ। ਨਾਨਕ ਜਿਸ ਪ੍ਰਾਪਤ ਹੋਏ। ਜਿਸ ਨੂੰ ਇਹ ਨਾਮ ਦੀ ਵਸਤੂ ਪ੍ਰਾਪਤ ਹੋ ਜਾਂਦੀ ਨਾਨਕ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਸਤਿਕਾਰਿਆ ਜਾਂਦਾ ਹੈ। ਇਹ ਨਾਮ ਦਾ ਵਣਜ ਕਰਕੇ ਸਤਿਗੁਰਾਂ ਨੇ ਜੀਵਨ ਬਖਸ਼ਿਸ਼ ਕੀਤਾ ਹੈ, ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਤੇ ਭਾਈ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਾਰੀਆਂ ਚਿੰਤਾਵਾਂ ਨਾਸ ਹੋ ਜਾਣਗੀਆਂ, ਪ੍ਰਭੂ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਹੋ ਜਾਏਗੀ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ, ਕਿਉਂਕਿ ਜ਼ਿਆਦਾ ਵਿਸਤਾਰ ਨਹੀਂ ਹੋ ਸਕਿਆ ਸਮੇਂ ਦੇ ਅਨੁਸਾਰ। ਗੁਰੂ ਨੇ ਬਖਸ਼ਿਸ਼ ਕੀਤੀ ਹੈ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਪ੍ਰਧਾਨ ਸਾਹਿਬ, ਗੁਰੂ ਕੀ ਸੰਗਤ ਤੇ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਲਈ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਸਤਿਗੁਰੂ ਜੀ ਸੰਗਤ ਬਖਸ਼ਿਸ਼ ਕਰਨ ਪਿਆਰ ਵਿੱਚ ਭਿੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।